ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡਾ ਉਮੀਦਵਾਰ ਸੀਰੀਜ਼ ਦੇ ਇੱਕ ਹੋਰ ਐਪੀਸੋਡ ਵਿੱਚ ਟੋਰਾਂਟੋ ਤੋਂ ਮੈਂ ਹਾਂ ਜਸਟੀਨ ਕੌਰ ਅੱਜ ਅਸੀਂ ਗੱਲ ਕਰਾਂਗੇ ਬ੍ਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਦੇ ਨਾਲ ਦੱਸ ਦਈਏ ਕਿ ਰੂਬੀ ਸਹੋਤਾ ਸਾਲ 2015 ਤੋਂ ਇਸ ਰਾਈਡਿੰਗ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਸਤਿ ਸ਼੍ਰੀ ਅਕਾਲ ਰੂਬੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੀਟੀਸੀ ਪੰਜਾਬੀ ਤੇ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮਚ ਫਾਰ ਹੈਵਿੰਗ ਮੀ ਔਨ ਪੀਟੀਸੀ ਅਗੇਨ ਪਲੇਜ਼ਰ ਫੋਰ ਅਸ ਐਜ਼ ਵੈਲ ਰੂਬੀ ਜੀ ਤੁਸੀਂ ਬ੍ਰੈਂਪਟਨ ਨੌਰਥ ਦੀ ਰਾਈਡਿੰਗ ਨੂੰ ਪਿਛਲੇ 6 ਸਾਲਾਂ ਤੋਂ ਰਿਪ੍ਰੈਜ਼ੈਂਟ ਕਰ ਰਹੇ ਹੋ ਔਰ ਜੇ ਅਸੀਂ ਗੱਲ ਕਰੀਏ ਲਿਬਰਲ ਸਰਕਾਰ ਦੀ ਤਾਂ ਲਿਬਰਲ ਸਰਕਾਰ ਵੱਲੋਂ ਪਿਛਲੇ 2 ਚੋਣ ਮੁਹਿੰਮ ਦੌਰਾਨ ਕਈ ਵਾਅਦੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ਕਈ ਪੂਰੇ ਹੋਏ ਕਈ ਪੂਰੇ ਨਹੀਂ ਵੀ ਕੀਤੇ ਗਏ ਸੋ ਤੁਹਾਡੇ ਵੱਲੋਂ ਆਪਣੇ ਪਰਫੋਰਮੈਂਸ ਕਾਰਡ ਵਿੱਚ ਕੀ ਸ਼ਾਮਿਲ ਕੀਤਾ ਗਿਆ ਹੈ ਔਰ ਕਿਹੜੇ ਨਵੇਂ ਚੋਣ ਵਾਅਦੇ ਤੁਸੀਂ ਵੋਟਰਸ ਦੇ ਕੋਲ ਇਸ ਵੇਲੇ ਲੈ ਕੇ ਜਾ ਰਹੇ ਹੋ ਹਾਂਜੀ ਸੋ ਸਭ ਤੋਂ ਖਾਸ ਗੱਲ ਇਹ ਹੈਗੀ ਆ ਵੀ ਪਿਛਲੇ ਕੁਛ ਸਾਲਾਂ ਦੇ ਵਿੱਚ ਅਸੀਂ ਬਹੁਤ ਲੋਕਾਂ ਦੀ ਸਪੋਰਟ ਵੀ ਕੀਤੀ ਹੈਗੀ ਆ ਜੇ ਤੁਸੀਂ ਕੰਪੈਰੀਸਨ ਵੀ ਲਓ ਕਿਸੇ ਵੀ ਮੁਲਕ ਦੇ ਨਾਲ ਤੁਹਾਡੀ ਜਿਹੜੀ ਫੈਡਰਲ ਲਿਬਰਲ ਸਰਕਾਰ ਹੈਗੀ ਆ ਉਹਨਾਂ ਨੇ ਲੋਕਾਂ ਦੀ ਬਾਂਹ ਫੜੀ ਹੈਗੀ ਹੈ ਇਸ ਮੁਸ਼ਕਲ ਘੜੀ ਦੇ ਵਿੱਚ ਅਤੇ ਆਪਣੇ ਬਿਜ਼ਨਸਿਸ ਦੀ ਆਪਣੇ ਆਮ ਲੋਕਾਂ ਦੀ ਮਦਦ ਕੀਤੀ ਹੈਗੀ ਆ ਸੋ ਦੈਟ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਉਹ ਰਹਿ ਸਕਦੇ ਸੀਗੇ ਉਹਨਾਂ ਦਾ ਖਾਣਾ ਪਾਣੀ ਚੱਲਦਾ ਰਿਹਾ ਹੈਗਾ ਆ ਇਹ ਬਹੁਤ ਵੱਡੀ ਗੱਲ ਹੈਗੀ ਆ ਬਾਕੀ ਜੋ ਸਾਡੇ ਪਿਛਲੇ 2019 ਦੇ ਪਲੈਟਫਾਰਮ ਦੇ ਪ੍ਰੋਮਿਸਿਸ ਸੀ ਕਈ ਲੋਕ ਸੋਚ ਰਹੇ ਹੈਗੇ ਨੇ ਵੀ ਯੂ ਨੋ ਇਹ ਇਲੈਕਸ਼ਨ ਹੁਣ ਇਸ ਵਕਤ ਕਿਉਂ ਆ ਰਹੀ ਹੈ ਕਿਉਂਕਿ ਇਹ ਇੱਕ ਮੋੜ ਦੀ ਘੜੀ ਹੈਗੀ ਆ ਇੱਕ ਮੋੜ ਦੀ ਘੜੀ ਹੈਗੀ ਆ ਅਸੀਂ ਹੁਣ ਆਉਣ ਵਾਲੇ ਵਕਤ ਦੇ ਵਿੱਚ ਇੱਕ ਪਲਾਨ ਪੇਸ਼ ਕੀਤਾ ਹੈਗਾ ਸਾਰਿਆਂ ਦੇ ਮੂਹਰੇ ਜਿਹੜਾ 2019 ਨਾਲੋਂ ਵੱਖ ਹੈਗਾ ਆ ਕਿਉਂਕਿ 2019 ਦੇ ਵਿੱਚ ਉਹ ਗੱਲਾਂ ਨਹੀਂ ਸੀਗੀਆਂ ਸਭ ਆਪਣੇ ਸਾਹਮਣੇ ਜਿਹੜੀਆਂ ਅੱਜ ਹੈਗੀਆਂ ਨੇ ਐਂਡ ਇਹਦੇ ਵਿੱਚ ਬਹੁਤ ਹੀ ਜੇ ਤੁਸੀਂ liberal.ca ਤੇ ਜਾ ਕੇ ਦੇਖੋ ਕੰਪ੍ਰੀਹੈਂਸਿਵ ਪਲਾਨ ਹੈਗਾ ਆ ਸਾਰੀਆਂ ਪਾਰਟੀਆਂ ਨਾਲੋਂ ਉਹਦੇ 'ਚ ਹਿਸਾਬ ਕਿਤਾਬ ਦਿੱਤਾ ਗਿਆ ਹੈਗਾ ਮਤਲਬ ਪਲਾਨ ਪੂਰਾ ਕੋਸਟਡ ਹੈਗਾ ਆ ਐਂਡ ਜੋ ਹਾਊਸਿੰਗ ਅਫੋਰਡੇਬਿਲਿਟੀ ਜੋ ਆਪਣੇ ਬੱਚਿਆਂ ਦੀ ਪੜ੍ਹਾਈ ਬਾਰੇ ਉਹਦੇ ਸਾਰੇ ਲਈ ਬਹੁਤ ਹੀ ਚੰਗੀਆਂ ਪੋਲਿਸੀਜ਼ ਦਿੱਤੀਆਂ ਗਈਆਂ ਹੈਗੀਆਂ ਨੇ ਅਸੀਂ ਚਾਹੁੰਦੇ ਹੈਗੇ ਹਾਂ ਵੀ ਲੋਕ ਉਸ ਪੋਲਿਸੀਜ਼ ਨੂੰ ਦੇਖ ਕੇ ਇੱਕ ਮਜ਼ਬੂਤ ਮਜੋਰਟੀ ਲਿਬਰਲ ਸਰਕਾਰ ਬਣਾਉਣ ਸੋ ਦੈਟ ਅਸੀਂ ਇਸ ਵਾਰ ਜਲਦੀ ਤੋਂ ਜਲਦੀ ਡਿਲੀਵਰ ਕਰ ਸਕੀਏ ਮੈਂ ਆਪਦੀ ਗੱਲ ਕਰਾਂ ਖਾਸ ਕਰਕੇ ਮੈਂ ਹਮੇਸ਼ਾ ਅਵੇਲੇਬਲ ਰਹੀ ਹੈਗੀ ਹਾਂ ਲੋਕਾਂ ਲਈ ਅਪਰੋਚੇਬਲ ਰਹੀ ਹੈਗੀ ਹਾਂ ਇਹ ਮੇਰਾ ਆਉਣ ਵਾਲੇ ਵਕਤ ਲਈ ਵੀ ਵਾਅਦਾ ਹੈਗਾ ਵੀ ਮੈਂ ਇੱਕ ਸਟਰੋਂਗ ਵੋਇਸ ਬਣ ਕੇ ਰਹੂੰਗੀ ਬ੍ਰੈਂਪਟਨ ਲਈ ਬ੍ਰੈਂਪਟਨ ਦੇ ਵਿੱਚ ਬਹੁਤ ਫੰਡਿੰਗ ਆਈ ਹੈਗੀ ਆ ਓਵਰ $1 billion ਫੰਡਿੰਗ ਆਈ ਹੈਗੀ ਆ ਆਪਣੀਆਂ ਸਾਰੀਆਂ ਬੱਸਿਸ ਜਿਹੜੀਆਂ ਹੈਗੀਆਂ ਨੇ ਉਹ ਇਲੈਕਟ੍ਰੀਫਾਈ ਕੀਤੀਆਂ ਜਾ ਰਹੀਆਂ ਨੇ ਉਹ ਪੈਸੇ ਆਲਰੇਡੀ ਬ੍ਰੈਂਪਟਨ ਨੂੰ ਦਿੱਤੇ ਗਏ ਹੈਗੇ ਨੇ ਜੋ ਗੈਸ ਟੈਕਸ ਫੰਡ ਹੁੰਦਾ ਹੈਗਾ ਮਤਲਬ ਜੋ ਬ੍ਰੈਂਪਟਨ ਨੂੰ ਪੈਸਾ ਜਾਂਦਾ ਹੈਗਾ ਆ ਓਵਰ $500 million ਕੁਛ ਉਹਨਾਂ ਨੂੰ ਪਾਕਿਟਸ ਦੇ ਵਿੱਚ ਵੈਸੇ ਹੀ ਪਿਆ ਹੈਗਾ ਵੀ ਉਹ ਕੁਛ ਮਰਜ਼ੀ ਉਸ ਪੈਸਿਆਂ ਦਾ ਕੰਮ ਇਨਫਰਾਸਟਰਕਚਰ ਵਾਈਜ਼ ਰਿਵਰ ਵਾਕ ਪ੍ਰੋਜੈਕਟ ਆ ਜਿਹਦੇ ਨਾਲ ਡਾਊਨ ਟਾਊਨ ਪੌਰ ਆਪਣੀ ਬਿਲਡ ਕੀਤੀ ਜਾ ਸਕਦੀ ਹੈਗੀ ਆ ਉਹਦੇ ਲਈ ਅਸੀਂ ਸਪੋਰਟ ਦਿੱਤੀ ਹੈਗੀ ਆ ਬਹੁਤ ਸਾਰਾ ਦੇ ਇਸ ਤਰ੍ਹਾਂ ਦੇ ਪ੍ਰੋਜੈਕਟ ਸੀਗੇ ਜਿਹਦੇ ਵਿੱਚੋਂ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਪਣਾ ਹਿੱਸਾ ਦੇਣ ਤੋਂ ਵੀ ਮੂੰਹ ਮੋੜ ਲਿਆ ਸੀ ਪਰ ਸਾਡੀ ਸਰਕਾਰ ਨੇ ਹਮੇਸ਼ਾ ਜਿੰਨੇ ਵੀ ਪ੍ਰੋਜੈਕਟ ਸਾਡੇ ਕੋਲ ਆਏ ਹੈਗੇ ਨੇ ਉਹ ਅਸੀਂ ਡਿਲੀਵਰ ਕੀਤੇ ਹੈਗੇ ਜੀ ਜਿਸ ਤਰ੍ਹਾਂ ਰੂਬੀ ਜੀ ਤੁਸੀਂ ਕਿਹਾ ਹੈ ਕਿ ਲਿਬਰਲ ਸਰਕਾਰ ਨੇ ਮੁਸ਼ਕਿਲ ਸਮੇਂ ਦੇ ਵਿੱਚ ਲੋਕਾਂ ਦੀ ਬਾਹ ਫੜੀ ਹੈ ਲੋਕਾਂ ਨੂੰ ਪੂਰਾ ਸਹਿਯੋਗ ਦਿੱਤਾ ਹੈ ਐਂਡ ਵੱਖ ਵੱਖ ਪ੍ਰੋਜੈਕਟਸ ਉੱਤੇ ਤੁਹਾਡੇ ਵੱਲੋਂ ਕੰਮ ਕੀਤਾ ਗਿਆ ਹੈ ਪਰ ਜੇ ਅਸੀਂ ਇਲੈਕਸ਼ਨ ਕੈਂਪੇਨ ਦੀ ਗੱਲ ਕਰੀਏ ਤਾਂ ਆਲਮੋਸਟ ਹਰ ਕੈਂਪੇਨ ਸਟਾਪ ਦੇ ਉੱਤੇ ਅਸੀਂ ਪ੍ਰੋਟੈਸਟਰਸ ਨੂੰ ਕਿਉਂ ਵੇਖ ਰਹੇ ਹਾਂ ਕਿਉਂ ਲੋਕ ਕੈਂਪੇਨ ਸਟਾਪ 'ਤੇ ਪ੍ਰੋਟੈਸਟ ਕਰ ਰਹੇ ਹਨ ਦੇਖੋ ਜਿਹੜੇ ਪ੍ਰੋਟੈਸਟ ਕਰ ਰਹੇ ਨੇ ਲੋਕ ਉਹ ਚਾਹੁੰਦੇ ਹੈਗੇ ਆ ਵੀ ਇਸ ਪੈਂਡੈਮਿਕ 'ਤੇ ਧਿਆਨ ਨਾ ਦਿੱਤਾ ਜਾਵੇ ਸਮਾਂ ਤੇ ਉਹ ਤਾਂ ਚਾਹੁੰਦੇ ਹੈਗੇ ਆ ਵੀ ਵੈਕਸੀਨਸ ਨਾਲ ਲੋਕਾਂ ਨੂੰ ਦਿੱਤੀਆਂ ਜਾਣ ਜੋ ਆਪਣੇ ਹੈਲਥ ਕੇਅਰ ਪ੍ਰੋਫੈਸ਼ਨਲ ਸਾਇੰਟਿਸਟ ਆਪਣੇ ਟੌਪ ਡਾਕਟਰਸ ਕਹਿ ਰਹੇ ਨੇ ਵੀ ਉਹਨਾਂ ਦੀ ਗੱਲ ਨਾ ਮੰਨੀ ਜਾਵੇ ਅਸੀਂ ਚਾਹੁੰਦੇ ਹੈਗੇ ਹਾਂ ਵੀ ਸਾਇੰਸ ਦਾ ਸੁਣ ਕੇ ਅਸੀਂ ਜਿਸ ਤਰ੍ਹਾਂ ਵੈਕਸੀਨ ਸਭ ਸਾਰੇ ਮੁਲਕਾਂ ਨਾਲੋਂ ਵੱਧ ਪਰ ਕੈਪੀਟਲ ਵੈਕਸੀਨਸ ਪਹੁੰਚਾਈਆਂ ਹੈਗੀਆਂ ਆਪਣੇ ਲੋਕਾਂ ਲਈ ਉਹ ਇਸ ਰੀਜ਼ਨ ਲਈ ਪਹੁੰਚਾਈਆਂ ਹੈਗੀਆਂ ਨੇ ਵੀ ਅਸੀਂ ਇਸ ਪੈਂਡੈਮਿਕ ਤੋਂ ਖਹਿੜਾ ਛੁਟਾ ਸਕੀਏ ਇੱਕ ਮੋੜ ਦਾ ਵਕਤ ਹੋਵੇ ਬਿਜ਼ਨਸਿਸ ਦੁਬਾਰਾ ਸ਼ੁਰੂ ਹੋਣ ਬਾਰ ਬਾਰ ਲੋਕਡਾਊਨ ਕਰਨ ਦੀ ਲੋੜ ਨਾ ਹੋਵੇ ਲੋਕਾਂ ਦੀਆਂ ਜਾਨ ਨਾ ਜਾਣ ਇਹ ਇੱਕ ਚੰਗੀ ਗੱਲ ਹੈਗੀ ਆਪਣੇ ਹੈਲਥ ਕੇਅਰ ਬਰਡਨ ਸਿਸਟਮ 'ਤੇ ਬਰਡਨ ਨਾ ਆਵੇ ਸੋ ਸਾਡੀ ਸੋਚ ਦੇ ਵਿੱਚ ਫਰਕ ਹੈਗਾ ਅਸੀਂ ਸਾਇੰਸ ਦੇ ਵਿੱਚ ਮੰਨਦੇ ਹੈਗੇ ਹਾਂ ਅਸੀਂ ਮੰਨਦੇ ਹਾਂ ਵੀ ਇਹ ਪੈਂਡੈਮਿਕ ਦਾ ਨੁਕਸਾਨ ਕੀਤਾ ਗਿਆ ਹੈਗਾ ਆਪਣੇ ਬਿਜ਼ਨਸਿਸ ਦਾ ਆਪਣੀ ਜਾਨਾਂ ਨੂੰ ਆਪਣੀ ਬਹੁਤ ਲੋਕ ਜਦੋਂ ਮੈਂ ਡੋਰ ਨੋਕਿੰਗ ਕਰਦੀ ਹਾਂ ਕਈ ਲੋਕ ਇਸ ਤਰ੍ਹਾਂ ਦੇ ਵੀ ਹੈਗੇ ਨੇ ਜਿਨ੍ਹਾਂ ਨੂੰ ਕੋਵਿਡ ਹੋਇਆ ਉਹਨਾਂ ਦੇ ਬਹੁਤ ਲੌਂਗ ਟਰਮ ਸਾਈਡ ਇਫੈਕਟ ਉਹਨਾਂ ਨੂੰ ਹੁਣ ਝੱਲਣੇ ਪੈ ਰਹੇ ਨੇ ਜਾਂ ਉਹਨਾਂ ਦਾ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਦੀ ਡੈਥ ਵੀ ਹੋਈ ਹੈਗੀ ਆ ਸੋ ਯੂ ਨੋ ਇਹ ਤਾਂ ਹੁਣ ਗੱਲ ਨਹੀਂ ਹੈਗੀ ਵੀ ਤੁਸੀਂ ਕਹਿਵੋ ਹਜੇ ਵੀ ਅੱਜ ਤੱਕ ਵੀ ਇਹਦਾ ਕੋਈ ਕੋਈ ਗੱਲ ਹੀ ਨਹੀਂ ਹੈਗੀ ਰਾਈਟ
ਸਾਰੀ ਦੁਨੀਆ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਰੌਲਾ ਪਿਆ ਹੋਇਆ ਹੈਗਾ ਆ ਉਹ ਗੱਲ ਤਾਂ ਹੈਗੀ ਆ। ਸੋ ਇਹ ਕੁਛ ਲੋਕ ਨੇ, ਬਹੁਤ ਮਾਈਨੋਰਿਟੀ ਹੈਗੇ ਨੇ, ਪਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਇਹਦੇ ਇਹਨਾਂ ਦੇ ਮਗਰ ਵੀ ਕੋਈ ਲੱਗਿਆ ਹੋਇਆ, ਇਹਨਾਂ ਨੂੰ ਪੈਸੇ ਦੇ ਰਿਹਾ ਹੈਗਾ ਆ, ਜਿਹੜੇ ਜਿਹੜੇ ਸੇਮ ਚਿਹਰੇ ਤੁਹਾਨੂੰ ਦਿਖਾਈ ਦੇ ਰਹੇ ਹੈਗੇ ਨੇ ਹਰੇਕ ਪ੍ਰੋਟੈਸਟ ਤੇ, ਪ੍ਰੋਵਿੰਸ ਟੂ ਪ੍ਰੋਵਿੰਸ ਉਹ ਪ੍ਰਾਈਮ ਮਿਨਿਸਟਰ ਸਾਡੇ ਲੀਡਰ ਦਾ ਫੋਲੋ ਪਿੱਛਾ ਕਰ ਰਹੇ ਹੈਗੇ ਨੇ। ਸੋ ਇਹਦੇ ਪਿੱਛੇ ਇੱਕ ਕਿਸੇ ਦਾ ਹੱਥ ਹੈਗਾ ਆ, ਕਿਸੇ ਹੋਰ ਪਾਰਟੀ ਦਾ, ਐਂਡ ਆਈ ਥਿੰਕ ਜਿਹੜੇ ਜਰਨਲਿਸਟ ਨੇ ਉਹ ਆਪ ਹੀ ਪਤਾ ਕਰ ਰਹੇ ਹੈਗੇ ਨੇ ਵੀ ਇਹਦੇ ਪਿੱਛੇ ਕਿਹਦਾ ਹੱਥ ਹੈਗਾ ਆ। ਜੀ, ਐਂਡ ਜਿਸ ਤਰ੍ਹਾਂ ਤੁਸੀਂ ਮੈਂਸ਼ਨ ਕੀਤਾ ਹੈ ਕਿ ਐਂਟੀ ਵੈਕਸਰ ਜਿਹੜੇ ਲੋਕ ਹੈਗੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ, ਸੋ ਕੀ ਤੁਸੀਂ ਮੰਨਦੇ ਹੋ ਕਿ ਲਿਬਰਲ ਸਰਕਾਰ ਲੋਕਾਂ ਨੂੰ ਵੈਕਸੀਨ ਸੰਬੰਧੀ ਐਜੂਕੇਟ ਕਰਨ ਦੇ ਵਿੱਚ ਨਾਕਾਮਯਾਬ ਰਹੀ ਹੈ? ਨਹੀਂ, ਬਿਲਕੁਲ ਨਹੀਂ। ਅਸੀਂ ਇੱਥੇ ਬ੍ਰੈਂਪਟਨ ਦੇ ਵਿੱਚ ਇਸ ਹਿੱਸੇ ਦੇ ਵਿੱਚ ਇੱਥੇ ਮੈਂ ਰਿਪ੍ਰੈਜ਼ੈਂਟ ਕਰਦੀ ਹੈਗੀ ਹਾਂ, ਓਵਰ 75% ਪਾਪੂਲੇਸ਼ਨ ਫੁੱਲੀ ਵੈਕਸੀਨੇਟਡ ਹੋ ਗਈ ਹੈ, ਇੱਕ ਡੋਸ ਦੀ ਉਸ ਤੋਂ ਵੀ ਜ਼ਿਆਦਾ ਨੰਬਰਸ ਹੈਗੇ ਨੇ। ਸੋ ਬਹੁਤ ਲੋਕਾਂ ਨੂੰ ਐਜੂਕੇਸ਼ਨ ਹੈਗੀ ਆ, ਅਸੀਂ ਬਹੁਤ ਫੰਡਿੰਗ ਆਪਣੇ ਜਿਹੜੇ ਲੋਕਲ ਪ੍ਰੋਗਰਾਮਸ ਨੇ ਉਹਨਾਂ ਨੂੰ ਵੀ ਦਿੱਤੀ ਹੈਗੀ ਆ ਵੀ ਆਪਣੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਐਜੂਕੇਸ਼ਨ ਮਿਲੇ ਵੈਕਸੀਨਸ ਦੇ ਬਾਰੇ। ਇੱਥੇ ਹੀ ਆਪਣੀ ਜਿਸ ਤਰ੍ਹਾਂ ਇੰਡਸ ਕਮਿਊਨਿਟੀ ਸੈਂਟਰ ਹੈਗਾ ਆ, PCH ਹੈਗਾ ਆ ਜੋ ਮੇਰੀ ਬਿਲਡਿੰਗ ਦੇ ਵਿੱਚ ਨੇ, ਉਹਨਾਂ ਨੇ ਬਹੁਤ ਡੋਰ ਟੂ ਡੋਰ ਵੀ ਗਏ ਹੈਗੇ ਨੇ ਲੋਕਾਂ ਨੂੰ ਵੈਕਸੀਨਸ ਦੇ ਬਾਰੇ ਸਮਝਾਉਣ ਲਈ। ਸੋ ਓਵਰਆਲ ਅਸੀਂ ਬਿਲਕੁਲ ਹੀ ਕਾਮਯਾਬ ਰਹੇ ਹੈਗੇ ਹਾਂ, ਕਿਉਂਕਿ ਬਾਕੀ ਮੁਲਕਾਂ ਦੇ ਹਿਸਾਬ ਨਾਲ ਜੇ ਅਮੈਰੀਕਾ ਨੂੰ ਦੇਖੋ, ਉਹਨਾਂ ਦੇ 50% ਵੀ ਨਹੀਂ ਲੋਕ ਵੈਕਸੀਨੇਟਡ ਹੋਏ ਹੈਗੇ। ਵੀ ਆਰ ਡੂਇੰਗ ਮੱਚ ਬੈਟਰ ਦੈਨ ਦਮ, ਪਰ ਇਹ ਕੁਛ ਛੋਟੀ ਮਾਈਨੋਰਿਟੀ ਹੁੰਦੀ ਹੈਗੀ ਆ ਜਿਹਦੀ ਇਹ ਗੱਲ ਕਰ ਰਹੀ ਹੈਗੀ ਆ, ਬਹੁਤ ਹੀ ਛੋਟੀ ਮਾਈਨੋਰਿਟੀ ਹੈ ਸਪੈਸ਼ਲੀ ਕੈਨੇਡਾ ਦੇ ਵਿੱਚ। ਜੀ, ਚੋਣ ਮੁੱਦਿਆਂ ਦੀ ਜੇ ਅਸੀਂ ਗੱਲ ਕਰੀਏ ਤਾਂ ਹਾਊਸਿੰਗ ਅਫੋਰਡੇਬਿਲਿਟੀ ਇੱਕ ਮੁੱਖ ਮੁੱਦਾ ਰਿਹਾ ਹੈ ਇਲੈਕਸ਼ਨ ਕੈਂਪੇਨ ਦੌਰਾਨ। ਹਾਊਸਿੰਗ ਅਫੋਰਡੇਬਿਲਿਟੀ ਪਿਛਲੇ ਕੁਝ ਸਾਲਾਂ ਤੋਂ ਚੱਲ ਰਿਹਾ ਹੈਗਾ ਇਸ਼ੂ, ਇਹ ਕੋਈ ਨਵਾਂ ਇਸ਼ੂ ਨਹੀਂ ਹੈਗਾ। ਸੋ ਹੁਣ ਅਸੀਂ ਦੇਖ ਰਹੇ ਹਾਂ ਕਿ ਲਿਬਰਲ ਪਾਰਟੀ ਵੱਲੋਂ ਪਲੈਟਫਾਰਮ ਦੇ ਵਿੱਚ ਹਾਊਸਿੰਗ ਅਫੋਰਡੇਬਲ ਹਾਊਸਿੰਗ ਲਈ ਫੰਡਿੰਗ ਦਾ ਐਲਾਨ ਕੀਤਾ ਗਿਆ, ਪਰ ਇਸ ਸੰਬੰਧੀ ਸਰਕਾਰ ਵੱਲੋਂ ਪਹਿਲਾਂ ਕੋਈ ਕਦਮ ਕਿਉਂ ਨਹੀਂ ਚੁੱਕਿਆ ਗਿਆ? ਦੇਖੋ, ਇਹ ਵੈਸੇ ਤਾਂ ਜਿਹੜੀ ਗੱਲ ਤੱਕ ਹੁਣ ਪਹੁੰਚੀ ਹੋਈ ਹੈ ਗੱਲ, ਇੱਕ ਨਵਾਂ ਹੀ ਇਸ਼ੂ ਹੈਗਾ ਆ। 2015 ਦੇ ਵਿੱਚ ਅਸੀਂ ਇੱਕ ਅਫੋਰਡੇਬਲ ਹਾਊਸਿੰਗ ਦੀ ਨੈਸ਼ਨਲ ਸਟਰੈਟਜੀ ਬਣਾਈ ਆ, ਉਹਦੇ ਵਿੱਚ ਬਹੁਤ ਘਰ ਬਣਾਏ ਗਏ ਹੈਗੇ ਨੇ। ਇੱਥੇ ਬ੍ਰੈਂਪਟਨ ਦਾ ਹੀ ਮੈਂ ਤੁਹਾਨੂੰ ਐਗਜ਼ਾਮਪਲ ਲੈ ਸਕਦੀ ਹਾਂ, ਜਿਹੜੇ ਸਬਸਿਡਾਈਜ਼ ਅਫੋਰਡੇਬਲ ਹੋਮਸ ਨੇ ਜਿਹਦੇ 'ਤੇ ਅਸੀਂ ਧਿਆਨ ਦੇ ਰਹੇ ਸੀ, ਸਾਡੀ ਇਹ ਕੁਛ 6-7-8 ਕਈ ਲੋਕਾਂ ਲਈ ਵੇਟਿੰਗ ਲਿਸਟ ਹੈਗੀ ਆ ਸਾਲਾਂ ਦੀ, ਇੰਨੇ ਸਾਲ ਲੱਗਦੇ ਹੈਗੇ ਆ ਇੱਕ ਅਫੋਰਡੇਬਲ ਸਬਸਿਡਾਈਜ਼ ਯੂਨਿਟ ਮਿਲਣ ਲਈ ਇੱਥੇ ਬ੍ਰੈਂਪਟਨ ਦੇ ਵਿੱਚ ਜਾਂ ਪੀਲ ਰੀਜਨ ਨੂੰ ਕਹਿ ਲਓ। ਐਂਡ ਅਸੀਂ ਬਹੁਤ ਜਿਹੜੀ ਹੁਣ ਵੀ ਇੱਕ ਮਾਊਂਟ ਪਲੈਜ਼ੈਂਟ ਕੋਲ ਬਿਲਡਿੰਗ ਬਣ ਰਹੀ ਹੈਗੀ ਆ, ਕੁਛ 300 ਵੱਧ ਯੂਨਿਟ ਹੈਗੇ ਨੇ ਉਹਦੇ ਵਿੱਚ, ਉਹਦੀ ਫੰਡਿੰਗ ਅਸੀਂ ਦਿੱਤੀ ਹੈਗੀ ਆ ਫੈਡਰਲ ਲੈਵਲ ਤੋਂ। ਇੱਥੇ ਮੇਰੀ ਰਾਈਡਿੰਗ ਦੇ ਵਿੱਚ ਬ੍ਰੈਮਲੀ ਐਂਡ ਮੇਫੀਲ ਦੇ ਕੋਲ ਯੂਨਿਟਸ ਬਣੇ ਨੇ, ਉਹਦੀ ਫੰਡਿੰਗ ਅਸੀਂ ਦਿੱਤੀ ਹੈਗੀ ਆ ਉਹ ਯੂਨਿਟਸ ਬਣਾਉਣ ਲਈ। ਮਿਕਲੋਗਲਿਨ 'ਤੇ ਸਭ ਤੋਂ ਵੱਡੀ ਇਨਵੈਸਟਮੈਂਟ ਜਿਹੜੀ ਪੀਲ ਦੀ ਹਿਸਟਰੀ ਦੇ ਵਿੱਚ ਰੈਕਰਡ ਬ੍ਰੇਕਿੰਗ ਇਨਵੈਸਟਮੈਂਟ ਕੀਤੀ ਆ, ਉਹ ਫੈਡਰਲ ਸਰਕਾਰ ਨੇ ਕੀਤੀ ਹੈਗੀ ਆ। ਓਵਰਆਲ ਪੀਲ ਰੀਜਨ ਨੂੰ ਪੈਸੇ ਦਿੱਤੇ ਹੈਗੇ ਨੇ, ਓਵਰ 200 million ਦਿੱਤਾ ਹੈਗਾ ਆ, ਸੋ ਦੈਟ ਉਹ ਅਫੋਰਡੇਬਲ ਹਾਊਸਿੰਗ ਬਣਾ ਸਕਣ। ਸੋ ਵਾਅਦੇ ਕੀਤੇ ਵੀ ਨੇ ਅਤੇ ਉਹ ਵਾਅਦੇ ਪੂਰੇ ਵੀ ਕੀਤੇ ਹੈਗੇ ਨੇ। ਪਰ ਹੁਣ ਜੋ ਪੈਂਡੇਮਿਕ ਦੇ ਵਿੱਚ ਆਪਾਂ ਸਪਲਾਈ ਦਾ ਦੇਖਦੇ ਹੈਗੇ ਹਾਂ ਇਸ਼ੂ ਆ, ਜੋ ਹੈਗੇ ਆ ਬਿਲਡਰਸ ਜਿਹੜੇ ਹੈਗੇ ਆ ਉਹ ਘੱਟ ਬਣਾ ਰਹੇ ਹੈਗੇ ਨੇ ਘਰ, ਅਤੇ ਹੋਰ ਕਾਫੀ ਮਹਿੰਗਾਈ ਦੇ ਇਸ਼ੂਜ਼ ਉੱਠੇ ਹੈਗੇ ਨੇ, ਕਿਉਂਕਿ ਆਪਣੀ ਸਪਲਾਈ ਚੇਨ ਮੈਨੇਜਮੈਂਟ ਦੇ ਵਿੱਚ ਕਾਫੀ ਮੁਸ਼ਕਲਾਂ ਆਈਆਂ ਹੈਗੀਆਂ ਨੇ ਇਸ ਵਕਤ, ਅਤੇ ਹਜੇ ਵੀ ਆ ਰਹੀਆਂ ਹੈਗੀਆਂ ਨੇ। ਸੋ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਐਂਡ ਇਹ ਬਹੁਤ ਧਿਆਨ ਨਾਲ ਕਦਮ ਚੱਕਣਾ ਪੈਂਦਾ ਹੈਗਾ ਆ, ਕਿਉਂਕਿ ਅਸੀਂ ਕਰਾਸ਼ ਵੀ ਨਹੀਂ ਆਪਣੀ ਮਾਰਕੀਟ ਦੇ ਵਿੱਚ ਦੇਖਣਾ ਚਾਹੁੰਦੇ। ਬਹੁਤ ਆਪਣੇ ਤੁਹਾਡੇ ਵਿਊਅਰਸ ਵੀ ਹੋਣਗੇ ਜਿਨ੍ਹਾਂ ਦੀਆਂ ਇਨਵੈਸਟਮੈਂਟਾਂ ਘਰਾਂ ਦੇ ਵਿੱਚ ਰੁਕੀਆਂ ਹੋਈਆਂ ਨੇ, ਉਹਨਾਂ ਦਾ ਖੁਦ ਦਾ ਘਰ ਹੋਊਗਾ ਜਿਹਦੇ ਵਿੱਚ ਉਹ ਵੀ ਵੈਲਿਊ ਜ਼ਿਆਦਾ ਡਿਲੂਜ਼ ਕਰਨਾ ਚਾਹੁੰਦੇ ਹੈਗੇ। ਸੋ ਇਹ ਧਿਆਨ ਨਾਲ ਇੱਕ ਫ੍ਰੀ ਮਾਰਕੀਟ ਇਕਾਨਮੀ ਦੇ ਵਿੱਚ ਕਦਮ ਚੱਕਣਾ ਪੈਂਦਾ। ਪਰ ਜੇ ਤੁਸੀਂ ਸਾਡੀ ਪਲੈਟਫਾਰਮ ਦੇ ਵਿੱਚ ਜੋ ਸਲਿਊਸ਼ਨਸ ਦੱਸੇ ਗਏ ਹੈਗੇ ਨੇ ਉਹ ਸਾਰੀਆਂ ਪਾਰਟੀਆਂ ਨਾਲੋਂ ਕੰਪ੍ਰੀਹੈਂਸਿਵ ਨੇ, ਵੱਧ ਹੈਗੀਆਂ ਨੇ, ਹਰੇਕ ਐਂਗਲ ਤੋਂ ਅਟੈਕ ਕਰ ਰਹੇ ਹੈਗੇ ਹਾਂ। ਅਸੀਂ 1.4 million ਨਵੇਂ ਅਤੇ ਰੀਫਰਬਿਸ਼ਡ ਘਰ ਬਣਾਵਾਂਗੇ ਅਗਲੇ 4 ਸਾਲਾਂ ਦੇ ਵਿੱਚ ਵਿੱਚ, ਸੋ ਦੈਟ ਸਪਲਾਈ ਦੀ ਪ੍ਰੋਬਲਮ ਉਹ ਵਧਾਈ ਜਾਵੇ। ਐਂਡ ਜੋ ਟੈਕਸ ਫ੍ਰੀ ਸੇਵਿੰਗਸ ਅਕਾਊਂਟ ਹੈਗਾ ਆ ਆਪਣੇ ਯੰਗ ਲੋਕਾਂ ਲਈ ਉਹ ਇੱਕ ਬਣਾਇਆ ਜਾਊਗਾ, ਸੋ ਦੈਟ ਉਹ ਆਪਣੀ ਡਾਊਨ ਪੇਮੈਂਟ ਲਈ ਸੇਵ ਕਰ ਸਕਣ ਉਹਦੇ ਵਿੱਚ। ਬਾਕੀ ਜੋ ਲੋਕ ਫਲਿੱਪ ਕਰ ਰਹੇ ਨੇ ਘਰਾਂ ਨੂੰ, ਜੋ ਫੋਰਨ ਪੈਸੇ ਆ ਰਹੇ ਹੈਗੇ ਨੇ ਆਪਣੀ ਮਾਰਕੀਟ ਦੇ ਵਿੱਚ, ਉਹਦੇ 'ਤੇ ਬੈਨ ਲਗਾਇਆ ਜਾਊਗਾ ਫੋਰਨ ਪੈਸੇ 'ਤੇ, ਫਲਿੱਪਰਸ 'ਤੇ ਐਕਸਟਰਾ ਟੈਕਸ ਲਗਾਇਆ ਜਾਊਗਾ, ਸੋ ਦੈਟ ਜਿਹੜੀ ਡਿਮਾਂਡ ਹੈਗੀ ਆ ਉਹ ਆਰਟੀਫਿਸ਼ਲੀ ਜਿਹੜੀ ਉਹ ਵਧਾ ਰਹੇ ਹੈਗੇ ਨੇ ਉਹ ਡਿਮਾਂਡ ਨੂੰ ਵੀ ਘਟਾਇਆ ਜਾਵੇ। ਕਿਉਂਕਿ ਕਈ ਲੋਕ ਸਿਰਫ ਹਾਊਸਿੰਗ ਮਾਰਕੀਟ ਰੈਜ਼ੀਡੈਂਸ਼ੀਅਲ ਹਾਊਸਿਸ ਨੂੰ ਲੈ ਕੇ ਉਹ ਇੱਕ ਕਮੋਡਿਟੀ ਬਣਾ ਦਿੱਤੀ ਹੈਗੀ ਆ, ਜਿਸ ਤਰ੍ਹਾਂ ਸਟਾਕ ਐਕਸਚੇਂਜ ਹੁੰਦੀ ਹੈਗੀ ਆ, ਐਂਡ ਆਈ ਡੋਂਟ ਥਿੰਕ ਦੈਟ ਇਜ਼ ਗੁੱਡ ਫੋਰ ਕੈਨੇਡੀਅਨਸ।
ਤੇ ਇੱਕ ਹੋਰ ਮੈਂ ਗੱਲ ਇਹਦੇ ਬਾਰੇ ਕਹਿਣਾ ਚਾਹੁੰਦੀ ਹਾਂ ਵੀ ਜਿਹੜਾ ਸਿਸਟਮ ਦੇ ਵਿੱਚ ਫਰੋਡ ਵੀ ਹੈਗਾ ਆ ਉਹਨੂੰ ਟੈਕਲ ਕਰਨ ਲਈ ਵੀ ਅਸੀਂ ਇੱਕ ਨਵੀਂ ਏਜੰਸੀ ਬਣਾ ਰਹੇ ਹੈਗੇ ਹਾਂ ਜਿਹੜੀ ਮੋਰਗੇਜ ਫਰਾਡ ਅਤੇ ਮਨੀ ਲਾਂਡਰਿੰਗ ਤੇ ਧਿਆਨ ਦੇਣਗੇ ਸੋ ਦੈਟ ਜਿਹੜਾ ਬਲੈਕ ਪੈਸਾ ਆ ਰਿਹਾ ਹੈਗਾ ਆਪਣੀ ਮਾਰਕੀਟ ਦੇ ਵਿੱਚ ਉਹਨੂੰ ਸਟੋਪ ਕੀਤਾ ਜਾਵੇ ਸੋ ਇਹ ਕਾਫੀ ਇੰਪੋਰਟੈਂਟ ਇਸ਼ੂਜ ਨੇ ਬਾਕੀ ਮੈਂ ਕਹੂੰਗੀ ਵੀ liberal.ca ਤੇ ਜਾ ਕੇ ਤੁਸੀਂ ਪੂਰਾ ਪਲਾਨ ਦੇਖ ਸਕਦੇ ਹੈਗੇ ਹੋ ਉਹਦੇ ਵਿੱਚ ਬਹੁਤ ਡਿਟੇਲ ਦੇ ਵਿੱਚ ਹੋਰ ਵੀ ਗੱਲਾਂ ਹੈਗੀਆਂ ਨੇ ਜੀ ਰੂਬੀ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਯੰਗ ਲੋਕਾਂ ਦੀ ਗੱਲ ਕੀਤੀ ਹੈ ਡੈਫੀਨੇਟਲੀ ਇਸ ਵੇਲੇ ਜਿਹੜਾ ਵੀ ਨਵਾਂ ਹੋਮ ਬਾਇਰ ਹੈਗਾ ਉਹ ਕਰ ਲੈਣ ਤੋਂ ਪਹਿਲਾਂ 10 ਵਾਰੀ ਸੋਚਦਾ ਹੈ ਕਿ ਉਹ ਅਫੋਰਡ ਕਰ ਸਕੇਗਾ ਜਾਂ ਨਹੀਂ ਜਿਹੜਾ ਲਿਬਰਲ ਪਾਰਟੀ ਵੱਲੋਂ ਜਿਹੜਾ ਪਲੇਟਫਾਰਮ ਦੇ ਵਿੱਚ ਅਨਾਊਂਸ ਕੀਤਾ ਗਿਆ ਕਿ ਉਹਨਾਂ ਵੱਲੋਂ ਜਿਹੜੀ ਬਲਾਈਂਡ ਬਿਡਿੰਗ ਹੈ ਉਹ ਬੰਦ ਕੀਤੀ ਜਾਏਗੀ ਜਿਹੜਾ ਫੋਰਨ ਬਾਇਰ ਹੈ ਉਸ ਉੱਤੇ 2 ਸਾਲਾਂ ਦਾ ਬੈਨ ਲਗਾਇਆ ਜਾਏਗਾ ਤੁਹਾਨੂੰ ਲੱਗਦਾ ਇਹ ਇਨਫ ਹੈਗਾ ਐਂਡ ਇਹ ਜਿਹੜੀ ਅਨਾਊਂਸਮੈਂਟ ਕੀਤੀਆਂ ਵੀ ਜਾ ਰਹੀਆਂ ਨੇ ਇਹ ਕਦੋਂ ਤੱਕ ਪੂਰੀਆਂ ਹੋਣਗੀਆਂ ਇਸ ਦੇ ਰਿਲੇਟਡ ਡੈਡਲਾਈਨ ਜੇ ਸਾਡੀ ਮੈਜੋਰਿਟੀ ਸਰਕਾਰ ਬਣਦੀ ਹੈ ਤਾਂ ਜਲਦੀ ਤੋਂ ਜਲਦੀ ਹੋ ਸਕਦੀ ਹੈ ਜੇ ਬਾਕੀ ਮਾਈਨੋਰਿਟੀ ਬਣਦੀ ਹੈਗੀ ਆ ਦੈਨ ਉਹ ਤਾਂ ਚਲੋ ਦੇਖਿਆ ਹੀ ਆ ਫਿਰ ਪਤਾ ਨਹੀਂ ਕਿਹੜੇ ਵਾਅਦੇ ਪੂਰੇ ਹੋਣਗੇ ਕਿਹੜੇ ਨਹੀਂ ਹੋਣਗੇ ਬਾਕੀ ਨੈਗੋਸ਼ੀਏਸ਼ਨਸ ਕਰਨੀਆਂ ਪੈਣਗੀਆਂ ਹੋਰਾਂ ਪਾਰਟੀਆਂ ਦੇ ਨਾਲ ਸੋ ਵੀ ਡੋਂਟ ਨੋ ਦੈਟਸ ਵਾਈ ਸਾਡੀ ਕੋਸ਼ਿਸ਼ ਆ ਦੈਟਸ ਵਾਈ ਇੱਕ ਇੰਪੋਰਟੈਂਟ ਟਾਈਮ ਹੈਗਾ ਆ ਕਿਉਂਕਿ ਜਿਹੜੇ ਸਪੋਰਟਸ ਅਸੀਂ ਐਮਰਜੈਂਸੀ ਦੇ ਵਿੱਚ ਦੇ ਚੁੱਕੇ ਹੈਗੇ ਹਾਂ ਉਹ ਕੰਮ ਹੋ ਗਿਆ ਹੈਗਾ ਬਾਕੀ ਅਸੀਂ ਹੁਣ ਚਾਹੁੰਦੇ ਹੈਗੇ ਹਾਂ ਵੀ ਬਿਜ਼ਨਸਿਸ ਦੀ ਗਰੋਥ ਹੋਵੇ ਜੋਬਸ ਦੀ ਗਰੋਥ ਹੋਵੇ ਲੋਕਾਂ ਲਈ ਅਫੋਰਡੇਬਿਲਿਟੀ ਆਵੇ ਉਹਦੇ ਲਈ ਅਸੀਂ ਇੱਕ ਕਲੀਅਰ ਪਲਾਨ ਦੇਈਏ ਲੋਕਾਂ ਨੂੰ ਅਤੇ ਉਸ ਪਲਾਨ ਨੂੰ ਦੇਖ ਕੇ ਉਹ ਵੋਟ ਪਾਉਣ ਕਿਉਂਕਿ ਫਿਰ ਅਸੀਂ ਆਪਣੇ ਵਾਅਦੇ ਜਲਦੀ ਜਲਦੀ ਪੂਰੇ ਕਰ ਸਕਦੇ ਹੈਗੇ ਹਾਂ ਆਈ ਥਿੰਕ ਜਿਹੜੇ ਅਸੀਂ ਵਾਅਦੇ ਕੀਤੇ ਹੈਗੇ ਆ ਜਿਹੜੇ ਸਪੈਸ਼ਲੀ ਬਲਾਈਂਡ ਬਿਡਿੰਗ ਦਾ ਇੱਕ ਚੰਗੀ ਚੀਜ਼ ਹੈਗੀ ਆ ਜਿਹੜੀ ਪੂਰੀ ਹੋਣੀ ਚਾਹੀਦੀ ਹੈਗੀ ਹੈ ਕਿਉਂਕਿ ਟ੍ਰਾਂਸਪੇਰੈਂਸੀ ਬਿਲਕੁਲ ਹੀ ਨਹੀਂ ਸੀ ਤੁਹਾਨੂੰ ਪਤਾ ਨਹੀਂ ਹੈਗਾ ਵੀ ਤੁਸੀਂ 20,000 ਹੋਰ ਦੇਣਾ ਹੈਗਾ ਉਸ ਕਰਨ ਲਈ ਕਿ ਤੁਸੀਂ 50 ਦੇਣਾ ਕਿ 1,00,000 ਦੇਣਾ ਹੈਗਾ ਹੋਰ ਰਾਈਟ ਕੋਈ ਆਈਡੀਆ ਹੀ ਨਹੀਂ ਹੈਗਾ ਅਤੇ ਲੋਕਾਂ ਨੂੰ ਬਹੁਤ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈਗਾ ਕਈ ਵਾਰ ਵੱਧ ਬਿੱਡ ਦੇਣ ਦਾ ਐਂਡ ਸੋ ਦਿਸ ਇਜ਼ ਨੋਟ ਫੇਅਰ ਫੋਰ ਅ ਲੋਟ ਆਫ ਪੀਪਲ ਐਂਡ ਆਈ ਥਿੰਕ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਉਹ ਕਿੰਨੀ ਪ੍ਰਾਈਸ ਕਿਹੜੀ ਚੀਜ਼ ਦੀ ਦੇ ਰਹੇ ਹੈਗੇ ਨੇ ਸੋ ਦਿਸ ਇਜ਼ ਅ ਗੁੱਡ ਫਰਸਟ ਸਟੈਪ ਪਰ ਇਹ ਇਕੱਲਾ ਸਟੈਪ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੋਰ ਵੀ ਬਹੁਤ ਇਹਦੇ ਵਿੱਚ ਚੀਜ਼ਾਂ ਹੈਗੀਆਂ ਨੇ ਸਪਲਾਈ ਵਧਾਉਣ ਦੀਆਂ ਫਲਿਪਿੰਗ ਅਤੇ ਫੋਰਨ ਬਾਇਰਸ ਅਤੇ ਮਨੀ ਲਾਂਡਰਿੰਗ ਸਾਰੇ ਬਹੁਤ ਕੁਛ ਅਸੀਂ ਸਾਰੇ ਪੱਖੋਂ ਦੇਖਿਆ ਹੈ ਜੀ ਜੀ ਰੂਬੀ ਜੀ ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਉਮੀਦਵਾਰ ਸੀਰੀਜ਼ ਦੇ ਵਿੱਚ ਸਾਡੀ ਗੱਲਬਾਤ ਚੱਲ ਰਹੀ ਹੈ ਬ੍ਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਜੀ ਦੇ ਨਾਲ ਰੂਬੀ ਜੀ ਜਿਸ ਤਰ੍ਹਾਂ ਅਸੀਂ ਇਲੈਕਸ਼ਨ ਇਸ਼ੂਜ਼ ਦੀ ਗੱਲ ਕਰ ਰਹੇ ਹੈਗੇ ਹਾਂ ਪੈਂਡੈਮਿਕ ਦੇ ਟਾਈਮ 'ਤੇ ਕਈ ਵੱਡੇ ਅਤੇ ਨਵੇਂ ਇਸ਼ੂਜ਼ ਨਿਕਲ ਕੇ ਆਏ ਜਿਨ੍ਹਾਂ ਉੱਤੇ ਕੰਮ ਹੋਣਾ ਹਲੇ ਬਾਕੀ ਹੈ ਜੇ ਅਸੀਂ ਚਾਈਲਡ ਕੇਅਰ ਦੀ ਗੱਲ ਕਰੀਏ ਤਾਂ ਚਾਈਲਡ ਕੇਅਰ ਸੰਬੰਧੀ ਲਿਬਰਲ ਸਰਕਾਰ ਵੱਲੋਂ 8 ਪ੍ਰੋਵਿੰਸਿਸ ਦੇ ਨਾਲ ਡੀਲ ਸਾਈਨ ਕੀਤੀ ਗਈ ਹੈ ਜਿਸ ਵਿੱਚ ਓਨਟੇਰੀਓ ਸ਼ਾਮਿਲ ਨਹੀਂ ਹੋਇਆ ਹੈ ਤੁਹਾਡੇ ਤੋਂ ਜਾਣਨਾ ਚਾਹਾਂਗੇ ਇਸ ਡੀਲ ਦੇ ਨਾਲ ਇਕਨੋਮੀ ਕਿਸ ਤਰ੍ਹਾਂ ਬੂਸਟ ਹੋਏਗੀ ਆਈ ਥਿੰਕ ਇਹ ਵੱਡਾ ਸਭ ਤੋਂ ਜ਼ਿਆਦਾ ਵੱਡਾ ਇੱਕ ਇਕਨੋਮਿਕ ਬੈਨੀਫਿਟ ਰਹੇਗਾ ਆਪਣੇ ਮੁਲਕ ਲਈ ਸਭ ਤੋਂ ਪਹਿਲਾਂ ਆਪਣੇ ਬੱਚੇ ਬਹੁਤ ਆਪਾਂ ਨੂੰ ਸਾਰਿਆਂ ਨੂੰ ਪਿਆਰੇ ਹੈਗੇ ਆ ਸੋ ਮੈਂ ਇੱਕ ਉਹ ਗੱਲ ਕਰੂੰਗੀ ਵੀ ਬੱਚਿਆਂ ਲਈ ਵੀ ਹੈਡ ਸਟਾਰਟ ਜਿਹੜੀ ਹੈਗੀ ਆ ਲਾਈਫ ਦੇ ਵਿੱਚ ਜੋ ਪ੍ਰੀ ਸਕੂਲ ਐਜੂਕੇਸ਼ਨ ਹੁੰਦੀ ਆ ਅਰਲੀ ਚਾਈਲਡ ਕੇਅਰ ਲਰਨਿੰਗ ਹੁੰਦੀ ਆ ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਬਹੁਤ ਹੀ ਇੰਪੋਰਟੈਂਟ ਹੈਗਾ ਆ ਸੋ ਫਿਊਚਰ ਦੇ ਵਿੱਚ ਇੱਕ ਇਨਵੈਸਟਮੈਂਟ ਹੈਗੀ ਆਪਣੇ ਬੱਚਿਆਂ ਦੇ ਵਿੱਚ ਸੋ ਦੈਟ ਆਪਣੇ ਚੰਗੇ ਸਟਾਰਟ 'ਤੇ ਚੰਗੇ ਪੈਥ 'ਤੇ ਆਪਣੇ ਬੱਚੇ ਲੱਗ ਸਕਣ ਹੁਸ਼ਿਆਰ ਹੋਣ ਆਪਣੇ ਬੱਚੇ ਆਪਣੇ ਹੈਗੇ ਵੀ ਨੇ ਆਪਣੇ ਮੁਲਕ ਦੇ ਲੋਕ ਜਿਹੜੇ ਹੈਗੇ ਸਭ ਤੋਂ ਪੜ੍ਹੇ ਲਿਖੇ ਹੈਗੇ ਨੇ ਐਂਡ ਅਸੀਂ ਇਹ ਚੀਜ਼ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੰਪੇਅਰ ਕਰਨਾ ਚਾਹੁੰਦੇ ਹੈਗੇ ਬਾਕੀ ਮੁਲਕਾਂ ਨਾਲ ਆਪਣੀ ਜਿਹੜੀ ਸਕਿੱਲਸ ਹੈਗੀਆਂ ਨੇ ਪਰ ਜਿਹੜੀਆਂ ਔਰਤਾਂ ਹੈਗੀਆਂ ਨੇ ਆਪਾਂ ਕਿਬੈਕ ਦੇ ਵਿੱਚ ਦੇਖਿਆ ਹੈਗਾ ਵੀ ਉਹਨਾਂ ਦੀ ਲੋਵੈਸਟ ਵਰਕ ਫੋਰਸ ਪਾਰਟੀਸੀਪੇਸ਼ਨ ਹੁੰਦੀ ਸੀ ਇੱਕ ਵਕਤ 'ਤੇ ਉਹਨਾਂ ਦਾ ਇੱਕ ਵਧੀਆ ਚਾਈਲਡ ਕੇਅਰ ਪ੍ਰੋਗਰਾਮ ਪਲਾਨ ਹੈਗਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਉਹ ਸ਼ੁਰੂ ਕੀਤਾ ਸੀ ਉਹਨਾਂ ਦੀ ਫੀਮੇਲ ਵਰਕ ਫੋਰਸ ਪਾਰਟੀਸੀਪੇਸ਼ਨ ਸਾਰੇ ਪ੍ਰੋਵਿੰਸਿਸ ਨਾਲੋਂ ਵੱਧ ਗਈ ਸਾਡੀ ਐਸਟੀਮੇਟ ਹੈਗੀ ਆ ਵੀ 250,000 ਜਿਹੜੇ ਲੋਕ ਅਨਯੂਟੀਲਾਈਜ਼ਡ ਇਸ ਵਕਤ ਔਰਤਾਂ ਜਿਹੜੀਆਂ ਹੈਗੀਆਂ ਨੇ ਉਹ ਜੋਬਸ ਦੇ ਵਿੱਚ ਲੱਗਣਗੀਆਂ ਉਸ ਇਕੋਨਮੀ ਦੇ ਵਿੱਚ ਹਿੱਸਾ ਪਾਉਣਗੀਆਂ ਸੋ ਇਹਦੇ ਨਾਲ ਸਾਡੀ ਜੀ ਡੀ ਪੀ ਦੀ ਵੀ ਗਰੋਥ ਹੋਗੀ ਆਪਣੀ ਜੋਬ ਕ੍ਰੀਏਸ਼ਨ ਦੀ ਹੋਊਗੀ ਬਾਕੀ ਜੋ ਜੀ ਡੀ ਪੀ ਉਹਦਾ ਹਿਸਾਬ ਲਾ ਵੋ 1.2% ਗਰੋਥ ਹੋਊਗੀ ਸਿਰਫ ਇਸ ਪਲਾਨ ਦੇ ਹਿਸਾਬ ਦੇ ਨਾਲ ਵੀ ਈ ਸੀ ਈ ਜਿਹੜੀਆਂ ਵਰਕਰਸ ਹੁੰਦੀਆਂ ਹੈਗੀਆਂ ਜੋ ਬੱਚਿਆਂ ਨੂੰ ਪੜ੍ਹਾਉਂਦੇ ਹੈਗੇ ਨੇ ਉਹਨਾਂ ਦੀਆਂ ਵੀ ਜੋਬਸ ਕ੍ਰੀਏਟ ਹੋਣਗੀਆਂ ਸਪੇਸਿਸ ਕ੍ਰੀਏਟ ਹੋਣਗੀਆਂ ਨਵੇਂ ਸਪੇਸਿਸ ਦੇ ਨਾਲ ਨਾਲ ਦੇਖੋ ਕੰਸਟਰਕਸ਼ਨ ਦੀਆਂ ਜੋਬਸ ਵੀ ਵੱਧਦੀਆਂ ਹੈਗੀਆਂ ਨੇ ਸੋ ਆਲ ਓਵਰ ਦਿਸ ਪਲਾਨ ਇਜ਼ ਅਬਾਊਟ ਗਰੋਥ ਜੋ ਵੀ ਅਸੀਂ ਪਲਾਨਸ ਆਪਣੇ ਪਲੈਟਫਾਰਮ ਦੇ ਵਿੱਚ ਪਾਏ ਨੇ ਉਹ ਇਸ ਨਜ਼ਰ ਤੋਂ ਹੀ ਪੇਸ਼ ਕੀਤੇ ਹੈਗੇ ਨੇ ਵੀ ਕੀ ਇਹ ਪ੍ਰੋਮਿਸ ਹੈਗਾ ਵੀ ਜੋਬਸ ਨੂੰ ਗਰੋ ਕਰੇਗਾ ਆਪਣੀ ਇਕੋਨਮੀ ਨੂੰ ਗਰੋ ਕਰੇਗਾ ਐਂਡ ਕਈ ਵਾਰ ਜਦੋਂ ਲੋਕ ਪਹਿਲਾਂ ਸੁਣਦੇ ਹੈਗੇ ਆ ਵੀ $10 a day ਚਾਈਲਡ ਕੇਅਰ ਠੀਕ ਹੀ ਆ ਸਾਡੇ ਲਈ ਇੱਕ ਬਹੁਤ ਵਧੀਆ ਪ੍ਰੋਗਰਾਮ ਹੈਗਾ
ਨੈਸ਼ਨਲ ਪਲਾਨ ਲਿਆਉਣਾ, ਪਰ ਕਈ ਵਾਰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵੀ ਇਹਦਾ ਲੌਂਗ ਟਰਮ ਇੰਪੈਕਟ ਆਪਣੀ ਇਕਾਨਮੀ 'ਤੇ ਵੀ ਕਿੰਨਾ ਅੱਛਾ ਹੈਗਾ ਆ। ਜੀ ਜੀ, ਅਨਦਰ ਇਸ਼ੂ ਆਈ ਵਾਂਟ ਟੂ ਡਿਸਕਸ ਇਜ਼ ਡਰੱਗ ਓਵਰਡੋਜ਼ਿਸ ਐਂਡ ਗਨਸ ਐਂਡ ਗੈਂਗ ਵਾਇਲੈਂਸ। ਜੇ ਅਸੀਂ ਦੇਖੀਏ ਤਾਂ ਵੱਖ ਵੱਖ ਪਾਰਟੀਜ਼ ਵੱਲੋਂ ਆਪਣੇ ਪਲੈਟਫਾਰਮ ਦੇ ਵਿੱਚ ਫੰਡਿੰਗ ਅਨਾਊਂਸ ਕੀਤੀ ਗਈ ਹੈ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹਨਾਂ ਵੱਲੋਂ ਇੰਨੀ ਫੰਡਿੰਗ ਦਿੱਤੀ ਜਾਏਗੀ। ਸਿਮਿਲਰਲੀ ਲਿਬਰਲਸ ਵੱਲੋਂ ਵੀ ਅਨਾਊਂਸ ਕੀਤੀ ਗਈ ਹੈ, ਪਰ ਲਿਬਰਲ ਸਰਕਾਰ ਪਿਛਲੇ 6 ਸਾਲਾਂ ਤੋਂ ਕੈਨੇਡਾ ਨੂੰ ਰਿਪ੍ਰਜੈਂਟ ਕਰ ਰਹੀ ਸੀਗੀ, ਪਾਵਰ ਦੇ ਵਿੱਚ ਸੀਗੀ, ਲੇਕਿਨ ਹਾਲੇ ਤੱਕ ਜਿਹੜੇ ਵਾਅਦੇ ਪਹਿਲਾਂ ਕੀਤੇ ਗਏ ਸੀ ਉਹ ਪੂਰੇ ਨਹੀਂ ਕੀਤੇ ਗਏ। ਜਿਹੜਾ ਬਾਏ ਬੈਕ ਪ੍ਰੋਗਰਾਮ ਸੀਗਾ ਉਹ ਇੰਪਲੀਮੈਂਟ ਨਹੀਂ ਕੀਤਾ ਗਿਆ। ਇਸ ਦੇ ਨਾਲ ਹੀ ਆਈ ਥਿੰਕ ਲਿਬਰਲ ਪਾਰਟੀ ਨੇ ਜਿਹੜਾ ਰੂਟ ਕੌਜ਼ ਹੈ ਉਸ ਉੱਤੇ ਵੀ ਨਹੀਂ ਕੰਮ ਕੀਤਾ ਕਿ ਟੂ ਮੇਕ ਸ਼ੋਰ ਕਿ ਜਿਹੜੀ ਗਨਸ, ਜਿਹੜੀ ਇਲੀਗਲ ਫਾਇਰਆਰਮਸ ਨੇ ਉਹ ਕੈਨੇਡਾ ਕਿੱਥੋਂ ਆ ਰਹੀਆਂ ਨੇ। ਇਸ ਉੱਤੇ ਸਰਕਾਰ ਨੇ ਕਿਉਂ ਨਹੀਂ ਕੰਮ ਕੀਤਾ? ਹਾਂਜੀ, ਅਸੀਂ CBSA ਆਫੀਸਰਸ ਵੀ ਵਧਾਏ ਹੈਗੇ ਨੇ ਇੱਥੇ ਏਅਰਪੋਰਟ 'ਤੇ, ਫੰਡਿੰਗ ਦਿੱਤੀ ਹੈਗੀ ਆ ਡੋਗਸ, ਬਾਕੀ ਐਕਸਟਰਾ ਇਕੁਇਪਮੈਂਟ ਵਧਾਉਣ ਲਈ, ਸੋ ਇਹਦੇ 'ਤੇ ਕੰਮ ਕੀਤਾ ਗਿਆ ਹੈਗਾ। ਇਹ ਥੋੜ੍ਹਾ ਜਿਹਾ ਮਿਸਇਨਫੋਰਮੇਸ਼ਨ ਆ ਜਿਹੜੀ ਦੂਸਰੇ ਪਾਸੇ ਵਾਲੇ ਲੋਕ ਕਈ ਵਾਰ ਕਰਦੇ ਹੈਗੇ ਆ ਆਪੋਜੀਸ਼ਨ ਪਾਰਟੀਜ਼ ਦਾ, ਚਲੋ ਇਹ ਕੰਮ ਹੁੰਦਾ ਹੈਗਾ, ਪਰ ਜਿੰਨਾ ਸਾਡੀ ਸਰਕਾਰ ਨੇ ਲੋਕਲ ਔਰਗਨਾਈਜੇਸ਼ਨ ਨੂੰ ਵੀ ਪੈਸਾ ਦਿੱਤਾ ਹੈਗਾ ਆ, ਜਿਹੜੇ ਯੂਥ ਲਈ, ਜਿਹੜੇ ਡਿਸਐਡਵਾਂਟੇਜ ਜਾਂ ਵਲਨਰੇਬਲ ਯੂਥ ਹੈਗੇ ਨੇ ਜਿਹੜੇ ਇਹਨਾਂ ਪਾਸਿਆਂ 'ਚ ਲੱਗ ਜਾਂਦੇ ਹੈਗੇ ਆ ਕਈ ਵਾਰ, ਵੀ ਰੂਟ ਕੌਜ਼ ਤਾਂ ਵੈਸੇ ਉਹੀ ਹੁੰਦਾ ਹੈਗਾ ਆ, ਜੇ ਆਪਣੇ ਬੱਚਿਆਂ ਨੂੰ ਚੰਗੀ ਸਟਾਰਟ ਦਿੱਤੀ ਜਾਵੇ, ਉਹਨਾਂ ਨੂੰ ਗਲਤ ਪਾਸੇ ਤੋਂ ਜਾਣ ਤੋਂ ਰੋਕਿਆ ਜਾਵੇ, ਉਹਨਾਂ ਲਈ ਚੰਗੀ ਪ੍ਰੋਗਰਾਮਿੰਗ ਦਿੱਤੀ ਜਾਵੇ, ਰੂਟ ਕੌਜ਼ ਇਹ ਹੁੰਦੀ ਹੈਗੀ ਆ ਹਮੇਸ਼ਾ। ਨਹੀਂ ਕੋਈ ਵੀ ਆਪਦਾ ਜ਼ਿੰਦਗੀ ਕ੍ਰਾਈਮ ਦੇ ਵਿੱਚ ਨਹੀਂ ਪਾਉਣਾ ਚਾਹੁੰਦਾ ਹੈਗਾ, ਪਰ ਇੱਕ ਵਾਰ ਉਸ ਸਾਈਕਲ ਦੇ ਵਿੱਚ ਪੈ ਜਾਂਦਾ ਹੈਗਾ ਤਾਂ ਉਸ ਦੇ ਵਿੱਚ ਹੀ ਰਹਿੰਦਾ ਹੈਗਾ। ਸੋ ਇਹ ਤਾਂ ਰੂਟ ਕੌਜ਼ ਆ, ਅਤੇ ਇਹ ਬਹੁਤ ਹੀ ਜ਼ਰੂਰੀ ਆ ਸਮਝਣਾ ਵੀ ਸਾਡੀ ਪਲੈਟਫਾਰਮ ਦੇ ਵਿੱਚ ਇਸ ਨੂੰ ਟੈਕਲ ਕਰਨ ਦੇ ਵੀ ਹੈਗਾ। ਅਸੀਂ ਅਸੋਲਟ ਰਾਈਫਲਸ ਵੀ ਬੈਨ ਕੀਤੇ ਹੈਗੇ ਨੇ, ਅਤੇ ਕੰਜ਼ਰਵੇਟਿਵ ਸਰਕਾਰ ਜਿਸ ਤਰ੍ਹਾਂ ਅਸੀਂ ਸੁਣੀ ਦੇ ਰਹੇ ਹੈਗੇ, ਉਹਨਾਂ ਨੇ ਪਲੈਟਫਾਰਮ ਦੇ ਵਿੱਚ ਤਾਂ ਕਹਿ ਦਿੱਤਾ ਹੈਗਾ ਵੀ ਉਹਨਾਂ ਨੇ ਦੁਬਾਰਾ ਉਹ 'ਤੇ ਰਿਵਰਸ ਕਰ ਦੇਣਾ ਹੈਗਾ ਆ ਆਪਣੀ ਲੈਜਿਸਲੇਸ਼ਨ ਦੇ ਲਿਆ ਕੇ, ਵੀ ਉਹ ਅਸੋਲਟ ਰਾਈਫਲਸ ਨੂੰ ਫਿਰ ਇਸ ਮੁਲਕ ਦੇ ਵਿੱਚ ਲੀਗਲ ਕਰ ਦੇਣਗੇ। ਐਂਡ ਜੋ ਉਹਨਾਂ ਦਾ ਲੀਡਰ ਅੱਜ ਕੱਲ੍ਹ ਕਹਿ ਰਿਹਾ ਉਹ ਦੋਨੇ ਪਾਸੇ ਹੀ ਬੋਲ ਰਿਹਾ ਹੈਗਾ, ਉਹਨੂੰ ਕੁਛ ਪਤਾ ਨਹੀਂ ਲੱਗ ਰਿਹਾ ਵੀ ਮੈਂ ਇਸ ਇਸ਼ੂ 'ਤੇ ਕੀ ਬੋਲਾਂ ਕੀ ਨਾ ਬੋਲਾਂ। ਸੋ ਪਰ ਉਹਨਾਂ ਦੇ ਪਲੈਟਫਾਰਮ ਦੇ ਵਿੱਚ ਸਾਫ਼ ਸਾਫ਼ ਲਿਖਿਆ ਹੋਇਆ ਹੈਗਾ ਵੀ ਉਹ ਇਸ ਨੂੰ ਰਿਵਰਸ ਕਰਨਗੇ, ਮਤਲਬ ਉਹ ਹੋਰ ਗਨਸ ਚਾਹੁੰਦੇ ਹੈਗੇ ਆ ਆਪਣੇ ਮੁਲਕ ਦੇ ਵਿੱਚ। ਸੋ ਘਟਾਉਣਾ ਤਾਂ ਕੀ ਆ, ਉਹ ਵਧਾਉਣਾ ਚਾਹੁੰਦੇ ਹੈਗੇ ਨੇ। ਆਈ ਡੋਂਟ ਥਿੰਕ ਕੈਨੇਡੀਅਨਸ ਵਿਲ ਲਾਈਕ ਦਿਸ, ਸਪੈਸ਼ਲੀ ਬ੍ਰੈਂਪਟਨ ਏਰੀਆ ਦੇ ਵਿੱਚ। ਇਹ ਗੱਲਾਂ ਦੀ ਕੋਈ ਲੋੜ ਹੀ ਨਹੀਂ ਹੈਗੀ, ਅਸੀਂ ਆਲਸੋ ਮਿਊਨਿਸਪੈਲਿਟੀਜ਼ ਨਾਲ ਵੀ ਕੰਮ ਕਰਨ ਨੂੰ ਤਿਆਰ ਹੈਗੇ ਹਾਂ, ਜਿਹੜੀ ਮਿਊਨਿਸਪੈਲਿਟੀ ਖਾਸ ਕਰਕੇ ਇਸ਼ੂ ਹੈਗੀ ਆ ਹੈਂਡ ਗਨਸ ਦੀ, ਵੀ ਹੈਂਡ ਗਨਸ ਨੂੰ ਵੀ ਜੇ ਉਹ ਬੈਨ ਇੰਪਲੀਮੈਂਟ ਕਰਨਾ ਚਾਹੁੰਦੇ ਹੈਗੇ ਆ ਤਾਂ ਅਸੀਂ ਤਿਆਰ ਹੈਗੇ ਹਾਂ ਸਾਰੇ ਲੋਕਲ ਰੀਜਨ ਦੇ ਨਾਲ ਇਸ ਕਦਮ ਨੂੰ ਚੱਕਣ ਲਈ ਵੀ ਆਉਣ ਵਾਲੇ ਵਕਤ ਦੇ ਵਿੱਚ। ਡੋਰ ਨੋਕਿੰਗ ਦੀ ਗੱਲ ਕਰਾਂਗੇ, ਇਸ ਵੇਲੇ ਸਾਰੇ ਕੈਂਡੀਡੇਟਸ ਵੱਲੋਂ, ਉਮੀਦਵਾਰਾਂ ਵੱਲੋਂ ਡੋਰ ਨੋਕਿੰਗ ਕੀਤੀ ਜਾ ਰਹੀ ਹੈ। ਲਗਭਗ 1.5 ਸਾਲ ਤੋਂ ਬਾਅਦ ਉਮੀਦਵਾਰ ਜੋ ਨੇ ਉਹ ਰੈਜ਼ੀਡੈਂਟਸ ਦੇ ਨਾਲ ਇਨ ਪਰਸਨ ਮਿਲ ਰਹੇ ਹਨ। ਸੋ ਕਿਹੜੇ ਇਸ਼ੂਜ਼ ਲੋਕਾਂ ਵੱਲੋਂ ਚੁੱਕੇ ਜਾ ਰਹੇ ਹਨ, ਐਂਡ ਡੂ ਯੂ ਫੀਲ ਅ ਲਿਟਲ ਡਿਸਕਨੈਕਟ ਬਿਕੋਜ਼ ਆਫ ਪੈਂਡੇਮਿਕ? ਦੇਖੋ, ਡਿਸਕਨੈਕਟ ਥੋੜ੍ਹਾ ਮੋਟਾ ਤਾਂ ਸੀ, ਕਿਉਂਕਿ ਕਮਿਊਨਿਟੀ ਇਵੈਂਟਸ ਜਿਹੜੇ ਹੈਗੇ ਨੇ ਉਹ ਰੁਕ ਗਏ ਸੀਗੇ, ਵਰਚੁਅਲ ਇਵੈਂਟਸ ਲੋਕ ਜ਼ਰੂਰ ਰੱਖ ਰਹੇ ਸੀਗੇ, ਪਰ ਮੈਂ ਖਾਸ ਕਰਕੇ ਕਹੂੰਗੀ ਵੀ ਇੱਕ ਨਵਾਂ ਕਨੈਕਸ਼ਨ ਬਣਿਆ ਸੀ ਇਸ ਪੈਂਡੈਮਿਕ ਦੇ ਵਿੱਚ। ਕਈ ਵਾਰ ਅਸੀਂ ਆਮ ਜਿਨ੍ਹਾਂ ਦੇ ਪਰਸਨਲ ਮੈਟਰਸ ਹੁੰਦੇ ਸੀਗੇ, ਉਹ ਇੰਡੀਵਿਜੁਅਲ ਲੋਕ ਹੁੰਦੇ ਸੀ ਜਿਹੜੇ ਸਾਡੇ ਦਫ਼ਤਰ 'ਚ ਆਉਂਦੇ ਸੀਗੇ ਜਾਂ ਸਾਨੂੰ ਫੋਨ ਕਰਦੇ ਸੀ, ਇਸ ਪੈਂਡੈਮਿਕ ਦੇ ਦੌਰਾਨ ਮੈਨੂੰ ਸੁਣਨ ਮੌਕਾ ਮਿਲਿਆ ਹੈਗਾ ਬਹੁਤ ਹੀ ਬਿਜ਼ਨਸ ਲੋਕਾਂ ਨਾਲ ਮਿਲਣ ਦਾ। ਉਹਨਾਂ ਦੀ ਈਮੇਲਸ ਆਈਆਂ, ਉਹਨਾਂ ਨਾਲ ਗੱਲਬਾਤ ਕੀਤੀ, ਉਸ ਤੋਂ ਬਾਅਦ ਫੋਨ 'ਤੇ ਉਹਨਾਂ ਦੀਆਂ ਪਰੇਸ਼ਾਨੀਆਂ ਸੁਣੀਆਂ। ਸੋ ਇੱਕ ਨਵਾਂ ਸੈਗਮੈਂਟ ਨੂੰ ਵੀ ਟੱਚ ਕਰਨ ਦਾ ਮੌਕਾ ਮਿਲਿਆ ਹੈਗਾ ਇਸ ਪੈਂਡੈਮਿਕ ਦੇ ਦੌਰਾਨ। ਸੋ ਆਈ ਵੁੱਡ ਸੇ ਕਿਤੇ ਨਾ ਕਿਤੇ ਗੱਲ ਬੈਲੈਂਸ ਹੋ ਗਈ ਹੈਗੀ ਆ। ਇੰਡੀਵਿਜੁਅਲਸ ਵੀ ਸੀਗੇ ਜਿਨ੍ਹਾਂ ਦੀਆਂ ਹੋਰ ਮੁਸ਼ਕਲਾਂ ਸੀਗੀਆਂ, ਆਫਟਰ ਆਲ ਆਪਣੇ ਜਿਹੜੇ ਸਮਾਲ ਬਿਜ਼ਨਸਿਸ ਜਿਹੜੇ ਓਨ ਕਰਦੇ ਹੈਗੇ ਆ ਉਹ ਆਮ ਲੋਕ ਹੈਗੇ ਨੇ ਆਪਣੀ ਰਾਈਡਿੰਗ ਦੇ ਵਿੱਚੋਂ ਰਹਿੰਦੇ ਨੇ। ਐਂਡ ਉਹ ਮੈਨੂੰ ਪਹਿਲਾਂ ਜੋ ਫਿਕਰ ਸੀਗਾ ਵੀ ਜਿਹੜਾ ਕਨੈਕਸ਼ਨ ਟੁੱਟੂਗਾ ਉਹ ਕਿਵੇਂ ਨਾ ਕਿਵੇਂ ਵੱਧਦਾ ਹੀ ਗਿਆ ਹੈਗਾ, ਪਰ ਇਨ ਅ ਡਿਫਰੈਂਟ ਵੇ। ਐਂਡ ਜਦੋਂ ਹੁਣ ਅਸੀਂ ਡੋਰ ਨੋਕਿੰਗ ਜਾਂਦੇ ਹੈਗੇ ਹਾਂ, ਮੈਨੂੰ ਇਹ ਵੀ ਫਿਕਰ ਸੀਗਾ ਵੀ ਇਸ ਇਲੈਕਸ਼ਨ ਦੇ ਵਿੱਚ ਵੀ ਡੋਰ ਨੋਕਿੰਗ ਕਰੀਏ ਜਾਂ ਨਾ ਕਰੀਏ, ਕਿਸ ਤਰ੍ਹਾਂ ਰਹੂਗਾ ਰਿਸਪੋਂਸ, ਪਰ ਰਿਸਪੋਂਸ ਤੋਂ ਪਰ ਇੱਥੇ ਪੈਨਸ਼ਨ ਨੋਟ ਦੇ ਵਿੱਚ ਤਾਂ ਬਹੁਤ ਹੀ ਚੰਗਾ ਮਿਲ ਰਿਹਾ ਹੈਗਾ। ਸਾਡੇ ਸਾਰੇ ਵਾਲੰਟੀਅਰ ਸੇਫਟੀ ਪ੍ਰੋਟੋਕਾਲਸ ਨੂੰ ਫੋਲੋ ਕਰਦੇ ਹੈਗੇ ਆ, ਮਾਸਕ ਪਾ ਕੇ ਜਾਂਦੇ ਆ, ਉਹਦੇ ਨਾਲ ਦੂਸਰੇ ਬੰਦੇ ਨੂੰ ਵੀ ਕੰਫਰਟ ਫੀਲ ਹੁੰਦੀ ਹੈਗੀ ਆ। ਸੋ ਲੋਕ ਗੱਲ ਕਰਨਾ ਚਾਹੁੰਦੇ ਆ, ਬਹੁਤ ਟਾਈਮ ਹੋ ਗਿਆ ਵੀ ਉਹ ਆਪਦੇ ਰੈਪ੍ਰਜੈਂਟੇਟਿਵ ਨਾਲ ਚੰਗੀ ਤਰ੍ਹਾਂ ਫੇਸ ਟੂ ਫੇਸ ਗੱਲ ਨਹੀਂ ਕਰ ਪਾ ਰਹੇ ਹੈਗੇ। ਸੋ ਆਈ ਹੈਵ ਸੀਨ ਦੈਟ ਸਮਾਂ 'ਤੇ ਲੋਕ ਨਿਕਲ ਰਹੇ ਨੇ ਬਾਹਰ ਆਪਦੇ ਪੋਰਚ 'ਤੇ, ਲੰਬੀਆਂ ਗੱਲਾਂ ਕਰ ਰਹੇ ਹੈਗੇ ਨੇ ਬਿਓਂਡ ਕੀ ਦੇਖਣਾ ਚਾਹੁੰਦੇ ਹੈਗੇ ਨੇ, ਅਤੇ ਜਿਹੜੇ ਮੁੱਦੇ ਤੁਸੀਂ ਅੱਜ ਰੇਜ਼ ਕੀਤੇ ਹੈਗੇ ਇਹੀ ਖਾਸ ਮੁੱਦੇ ਹੈਗੇ ਨੇ ਜਿਹੜੇ ਪੈਨਸ਼ਨ ਦੇ ਨੇ। ਜੀ ਰੂਬੀ ਜੀ, ਆਖਰੀ ਸਵਾਲ, ਜੇਕਰ ਲਿਬਰਲਸ ਦੀ ਫਿਰ ਤੋਂ ਮਾਈਨੋਰਿਟੀ ਗਵਰਨਮੈਂਟ ਆਉਂਦੀ ਹੈ ਤਾਂ ਅਗਲਾ ਸਟੈਪ ਕੀ ਹੋਏਗਾ? ਦੇਖੋ, ਇਸ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਵੀ ਅਸੀਂ ਕੋਸ਼ਿਸ਼ ਕੀਤੀ ਹੈਗੀ ਆ ਕਿ ਡਿਲੀਵਰ ਅਸੀਂ ਕਰਦੇ ਰਹੀਏ, ਪਾਰਟੀਜ਼ ਦੇ ਨਾਲ ਕੰਮ ਕਰਦੇ ਰਹੀਏ। ਅਫਕੋਰਸ ਸਾਡੀ ਹੋਪ ਤਾਂ ਹੈਗੀ ਆ ਵੀ ਇੱਕ ਮਜੋਰਿਟੀ ਗਵਰਨਮੈਂਟ ਦੇ ਵਿੱਚ ਅਸੀਂ ਇੱਕ ਕਲੀਅਰ ਪਲਾਨ ਡਿਲੀਵਰ ਕਰ ਸਕਦੇ ਹੈਗੇ ਹਾਂ,
ਲੋਕਾਂ ਲਈ ਇੱਕ ਮਾਈਨੋਰਿਟੀ ਗਵਰਨਮੈਂਟ ਦੇ ਵਿੱਚ ਕਾਫੀ ਕਾਲਾ ਮਾਲਾ ਹੋ ਜਾਂਦਾ ਹੈਗਾ ਆ, ਪਲਾਨ ਜੋ ਹੈਗਾ ਉਹ ਕਲੀਅਰਲੀ ਨਹੀਂ ਡਿਲੀਵਰ ਕੀਤਾ ਜਾਂਦਾ. ਸ਼ਾਇਦ ਅਸੀਂ ਪਲਾਨ ਇੱਕ ਚੀਜ਼ ਕਹੀ ਹੈਗੀ ਆ ਪਰ ਉਹਦਾ ਬੰਦ ਕੁਛ ਹੋ ਜਾਂਦਾ ਹੈਗਾ, ਕਿਉਂਕਿ ਮਾਈਨੋਰਿਟੀ ਸਰਕਾਰਾਂ ਦੇ ਵਿੱਚ ਬਿਹਾਈਂਡ ਦ ਸੀਨਸ ਬਹੁਤ ਕੁਛ ਚੱਲਦਾ ਹੈਗਾ ਆ. ਜਿਵੇਂ ਆਪਾਂ ਕਮੇਟੀਜ਼ ਦਾ ਹੀ ਹਿਸਾਬ ਲਾ ਲਈਏ, ਪਿਛਲੇ ਦੋ ਸਾਲਾਂ ਦੇ ਵਿੱਚ ਸਾਡੇ ਕਮੇਟੀਜ਼ ਦੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਹੈਗਾ. ਲੈਜਿਸਲੇਸ਼ਨ ਜਿਹੜੀ ਹੈਗੀ ਆ ਰੋਕ ਕੇ ਰੱਖੀ ਗਈ ਹੈਗੀ ਆ, ਕੋਈ ਵੀ ਜਿਹੜੀ ਪਿਛਲੀ ਪਲੈਟਫਾਰਮ ਦੀ ਲੈਜਿਸਲੇਸ਼ਨ ਸੀ ਉਹਨੂੰ ਨਹੀਂ ਸਿਖਰ 'ਤੇ ਉਹ ਚੜ੍ਹਨ ਦਿੱਤਾ ਹੈਗਾ ਦੂਸਰੀਆਂ ਪਾਰਟੀਜ਼ ਨੇ, ਕਿਉਂਕਿ ਉਹਨਾਂ ਦਾ ਉਹਨਾਂ ਦੇ ਫਾਇਦੇ ਵਿੱਚ ਨਹੀਂ ਹੈਗਾ, ਉਹਨਾਂ ਦੇ ਫਾਇਦੇ ਵਿੱਚ ਨਹੀਂ ਹੈਗਾ ਵੀ ਤੁਹਾਡੀ ਸਰਕਾਰ ਤੁਹਾਡੇ ਲਈ ਡਿਲੀਵਰ ਕਰੇ. ਸਿਰਫ ਜਿਹੜੀ ਸਰਕਾਰ ਹੁੰਦੀ ਆ ਉਹਨਾਂ ਦੇ ਫਾਇਦੇ ਵਿੱਚ ਹੁੰਦਾ ਹੈ ਵੀ ਸਰਕਾਰ ਤੁਹਾਡੇ ਤੱਕ ਡਿਲੀਵਰ ਕਰੇ, ਸੋ ਦੈਟ ਉਹ ਨੈਕਸਟ ਇਲੈਕਸ਼ਨ ਦੇ ਵਿੱਚ ਉਹ ਐਂਸਰੇਬਲ ਹੋਣ ਤੁਹਾਨੂੰ ਵੀ ਅਸੀਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਸੀ. ਸੋ ਮੇਰੀ ਇਹੀ ਹੋਪ ਆ, ਇਹੀ ਬੇਨਤੀ ਆ ਸਾਰਿਆਂ ਨੂੰ ਵੀ ਤੁਸੀਂ ਜਿੱਥੇ ਵੀ ਰਹਿੰਦੇ ਹੈਗੇ ਹੋ ਆਪਦੇ ਲਿਬਰਲ ਕੈਂਡੀਡੇਟ ਨੂੰ ਸਪੋਰਟ ਕਰੋ, ਇੱਕ ਮੈਜੋਰਿਟੀ ਮਜ਼ਬੂਤ ਸਰਕਾਰ ਬਣਾਓ, ਸੋ ਦੈਟ ਅਸੀਂ ਤੁਹਾਡੇ ਵਾਅਦਿਆਂ 'ਤੇ ਪੂਰੇ ਉਤਰ ਸਕੀਏ. ਜੀ ਜੀ ਰੂਬੀ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਅਤੇ ਆਪਣੀਆਂ ਪ੍ਰਾਇਓਰਟੀਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਲਈ. ਥੈਂਕ ਯੂ ਸੋ ਮੱਚ ਐਂਡ ਵੀ ਵਿਸ਼ ਯੂ ਗੁੱਡ ਲੱਕ. ਥੈਂਕ ਯੂ ਸੋ ਮੱਚ, ਆਈ ਅਪਰੀਸ਼ੀਏਟ ਯੋਰ ਟਾਈਮ. ਸਤਿ ਸ਼੍ਰੀ ਅਕਾਲ. ਸਤਿ ਸ਼੍ਰੀ ਅਕਾਲ. ਸੋ ਇਹ ਸੀ ਸਾਡੀ ਖਾਸ ਗੱਲਬਾਤ ਬ੍ਰੈਂਪਟਨ ਨੌਰਥ ਤੋਂ ਲਿਬਰਲ ਉਮੀਦਵਾਰ ਰੂਬੀ ਸਹੋਤਾ ਦੇ ਨਾਲ. ਜੇ ਤੁਹਾਡਾ ਕੋਈ ਸਵਾਲ ਹੈ ਆਪ ਫਿਰ ਆਪਣਾ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@ptcnetwork.com 'ਤੇ. ਫਿਲਹਾਲ ਮੈਨੂੰ ਦਿਓ ਇਜਾਜ਼ਤ ਅਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PTC ਨਿਊਜ਼ ਦੇ ਨਾਲ.